ਪਿਆਰੇ ਵਿਦਿਆਰਥੀਓ 8ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਪਾਠ ਦੂਜਾ ਇੱਕ ਚੱਲ ਵਾਲੇ ਰੇਖੀ ਸਮੀਕਰਨ ਅਭਿਆਸ ਨੰਬਰ 2.5 ਤੇ ਇਸ ਅਭਿਆਸ ਦੇ ਪਹਿਲੇ ਤਿੰਨ ਸਵਾਲ ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ ਸੋ ਤੁਸੀਂ ਸਾਰੇ ਨੋਟਬੁੱਕ ਅਤੇ ਪੈਨ ਲੈ ਕੇ ਹੱਲ ਉਤਾਰ ਲਓ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਅਤੇ ਸਮਝੋ ਤੇ ਮਗਰੋਂ ਦੀ ਇਹਨਾਂ ਨੂੰ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਇੱਥਾਂ ਦਿੱਤੀਆਂ ਰੇਖੀ ਸਮੀਕਰਨਾਂ ਨੂੰ ਹੱਲ ਕਰੋ ਸੋ ਇਸ ਤਰ੍ਹਾਂ ਇਹ ਭਿੰਨਾਂ ਦੇ ਰੂਪ ਵਿੱਚ ਦ ਹੈਗੇ ਨੇ ਸੋ ਕਿਦਾਂ ਕਰਨਾ ਹੈ ਦੇਖੋ ਇਹ ਦਿੱਤਾ ਸਾਨੂੰ x/2 x/m x/2 1/5 x/3 1/4 ਹੁਣ ਦੇਖੋ ਬੱਚਿਓ ਇਹ ਬਰਾਬਰ ਦਾ ਨਿਸ਼ਾਨ ਹੈ ਤੇ ਚੱਲ ਖੱਬੇ ਪਾਸੇ ਹੈਗਾ ਤੇ ਇੱਥੇ ਚੱਲ ਸੱਜੇ ਪਾਸੇ ਵੀ ਹੈਗਾ ਸੋ ਸਾਡਾ ਯਤਨ ਹੈ ਹੋਣਾ ਚਾਹੀਦਾ ਹੈ ਕਿ ਜਿਹੜੇ ਚੱਲ ਵਾਲੇ ਪਦ ਹੈਗੇ ਨੇ ਉਹਨਾਂ ਨੂੰ ਇੱਕੋ ਪਾਸੇ ਕਰ ਲਈਏ ਤੇ ਅਚੱਲ ਵਾਲੇ ਜਿਹੜੇ ਹੈਗੇ ਨੇ ਉਹਨਾਂ ਨੂੰ ਦੂਜੇ ਪਾਸੇ ਕਰ ਲਈਏ ਹੁਣ ਇੱਥੇ x/3 ਨੂੰ ਅਸੀਂ ਖੱਬੇ ਪਾਸੇ ਲਿਆਵਾਂਗੇ ਤੇ ਘਟਾ 1/5 ਨੂੰ ਅਸੀਂ ਸੱਜੇ ਪਾਸੇ ਲਾਵਾਂਗੇ ਸੋ x/3 ਜਿਹੜੇ ਖੱਬੇ ਪਾਸੇ ਆਇਆ ਤੇ ਬਣ ਗਿਆ x/2 ਘਟਾ x/3 ਬਰਾਬਰ 1/4 ਤੇ ਇਹ ਵਾਲਾ ਹੈਗਾ ਹੀ ਹੈ ਤੇ ਇਹ ਘਟਾ 1/5 ਖੱਬੇ ਪਾਸੇ ਤੋਂ ਸੱਜੇ ਪਾਸੇ ਜਾ ਕੇ ਜਮਾ 1/5 ਹੋ ਗਿਆ ਸੋ ਜਮਾ 1/5 ਹੁਣ ਕੰਮ ਸਾਡਾ ਸੌਖਾ ਹੋ ਗਿਆ 4 ਹੋਰ 5 ਦਾ ਲਘੁਤਮ ਐਲਸੀਐਮ ਹੈਗਾ 20 ਸੋ ਇੱਥੇ ਮੈਂ ਥੱਲੇ 20 ਲਿਖਿਆ ਤੇ 4 5 20 ਤੇ 5 1 5 5 4 20 ਤੇ 4 1 4 ਇਹ ਤੁਹਾਨੂੰ ਪਤਾ ਹੀ ਕਿਦਾਂ ਕਰੀਦਾ ਹੈ ਨਾ 6ਵੀਂ ਕਲਾਸ ਤੋਂ ਅਸੀਂ ਕਰਦੇ ਆ ਰਹੇ ਹੁਬਤਮ ਦਾ ਸੋ 2 ਹੋਰ 3 ਦਾ ਐਲਸੀਐਮ ਆ ਗਿਆ 6 ਇਹ ਪਤਾ ਇੱਥੇ 6 ਹੁਣ 2 3 6 3 ਤੋਂ 3x ਘਟਾ ਦਾ ਨਿਸ਼ਾਨ ਹੈ ਸੋ ਘਟਾ ਇੱਥੇ ਆ ਗਿਆ 3 2 6 ਸੋ 2x 2x ਆ ਗਿਆ 3x ਚੋਂ 2x ਗਿਆ x x 6 5 4 9 9 20 ਹੁਣ ਅਸੀਂ ਕੀਤੀ ਤਿਰਛੀ ਗੁਣਾ ਸੋ x ਬਰਾਬਰ ਕੀ ਹੋ ਜਾਏਗਾ 6 ਉੱਪਰ ਚਲਾ ਗਿਆ ਤੇ 9 ਨਾਲ ਗੁਣਾ ਕਰ 9 6 20 ਤੇ ਹੁਣ ਅਸੀਂ ਥੋੜਾ ਜਿਹਾ ਕੱਟ ਵੀ ਸਕਦੇ ਆ ਇਹਨੂੰ ਕਿਤਾ 2 3 6 ਤੇ 2 ਦੱਸੇ 20 ਸੋ ਇੱਥੇ 3 ਸੀ 9 3 27 ਤੇ 27 10 ਸਾਡਾ ਜਵਾਬ ਆ ਗਿਆ ਇਸ ਤਰ੍ਹਾਂ ਬੱਚਿਓ ਇਹ ਅਭਿਆਸ ਕਰਕੇ ਤੁਸੀਂ ਇਹ ਕਰੋਗੇ ਤੇ ਬੜੇ ਸੌਖੇ ਢੰਗ ਦੇ ਨਾਲ ਹੀ ਇਹਦਾ ਜਵਾਬ ਆ ਜਾਏਗਾ ਅਗਲਾ ਸਵਾਲ ਦੇਖੀਏ ਹੁਣ ਹੁਣ ਅਗਲਾ ਸਵਾਲ ਹੈ ਬੱਚਿਓ n/2 3n/4 5n/6 21 ਹੁਣ ਬੱਚਿਓ ਦੇਖੋ n n n ਤੇ ਅਚਲ ਹੈ ਆਪਣਾ ਚੱਲ ਹੈਗਾ ਤੇ ਚੱਲ ਪਹਿਲਾਂ ਹੀ ਖੱਬੇ ਪਾਸੇ ਨੇ ਸਾਰੇ ਸੋ ਸਾਨੂੰ ਕੋਈ ਹੇਰ ਫੇਰ ਖੱਬੇ ਤੋਂ ਸੱਜੇ ਸੱਜੇ ਤੋਂ ਖੱਬੇ ਕਰਨ ਦੀ ਲੋੜ ਨਹੀਂ ਹੈਗੀ ਸੋ ਅਸੀਂ ਇਸੀ ਗੱਲ ਨੂੰ ਦੁਬਾਰਾ ਲਿਖ ਲੈਨੇ ਆ ਥੋੜਾ ਸਾਫ ਸੁਥਰਾ ਕਰਕੇ ਕਿਉਂਕਿ ਇਹ ਕਿਤਾਬ ਜਿਹੜਾ ਧੁੰਦਲਾ ਛਪਿਆ ਹੈ ਸੋ n/2 3n/4 5n/6 21 ਹੁਣ 2 4 6 ਦਾ ਅਸੀਂ ਲਵਾਂਗੇ ਐਲਸੀਐਮ ਲਘੁਤਮ ਤੇ ਉਹਨੇ ਵੱਖਰੇ ਤੌਰ ਤੇ ਨਹੀਂ ਲਿਖਿਆ ਕਿਉਂ ਲਿਆ ਕਿਉਂਕਿ ਉਹ ਸਾਨੂੰ ਤੁਹਾਨੂੰ ਸਾਰਿਆਂ ਨੂੰ 8ਵੀਂ ਵਿੱਚ ਉਹਨੂੰ ਪਤਾ ਹੈ 6ਵੀਂ 7ਵੀਂ ਵਿੱਚ ਲਘੁਤਮ ਤੁਸੀਂ ਬੜੀ ਵਾਰ ਕੀਤਾ ਹੋਣਾ ਸੋ ਇਹ 2 4 6 ਦਾ ਲਘੁਤਮ ਆ ਗਿਆ 12 ਸੋ 2 6 12 ਤੇ 6 n ਆ ਗਿਆ 6n ਇੱਥੇ ਘਟਾ ਦਾ ਨਿਸ਼ਾਨ ਹੈ ਸੋ ਘਟਾ 4 3 12 ਤੇ 3 3 9 9 ਹੋ ਗਿਆ ਤੇ ਜਮਾਦਾਨਿਸ਼ਾਨ ਹੈ ਜਮਾਦਾਨਿਸ਼ਾਨ 6 2 12 ਤੇ 2 5 10 10n 21 ਇਧਰ ਇਹਦੇ ਆ ਗਿਆ ਹੁਣ 6 10 ਚੋਂ 9 ਆ ਗਿਆ 1 ਤੇ 1 ਜਮਾ 6 7 7n ਜਾਂ 6 ਚੋਂ 9 ਹੋ ਗਿਆ -13 -13 ਜਮਾ 10 ਕਿੰਨਾ ਹੋ ਗਿਆ 7 ਹੋ ਗਿਆ ਸੋ 7n 12 21 ਹੁਣ ਅਸੀਂ ਕੀ ਕਰਾਂਗੇ ਤਿਰਛੀ ਬੁਣਾ ਇਹਨਾਂ ਨੂੰ ਇੱਥੇ ਰੱਖਣਾ ਜੋ ਸਾਨੂੰ ਚਾਹੀਦਾ 7 ਥੱਲੇ ਆ ਜਾਏਗਾ ਤੇ 12 ਜਿਹੜਾ ਹੈ ਉਹ ਉੱਤੇ ਚਲਾ ਜਾਏਗਾ ਸੋ 21 12 7 ਹੁਣ 7 ਤੇ 1 ਹੁਣ 7 3 21 3 ਤੇ 12 3 36 ਸੋ n 36 ਇਹ ਸਾਡਾ ਆ ਗਿਆ ਜਵਾਬ ਹੁਣ ਅਗਲਾ ਸਵਾਲ ਦੇਖੀਏ ਤੀਜਾ ਸਵਾਲ ਦੇਖੋ ਹੁਣ ਇਹਦੇ ਵਿੱਚ ਫਿਰ ਚੱਲ ਜਿਹੜੇ ਨੇ ਉਹ ਦੋਨੋਂ ਪਾਸੇ ਆ ਗਏ ਤੇ ਇਹਦੇ ਵਿੱਚ ਅਸੀਂ ਫਿਰ ਦੁਬਾਰਾ ਖੱਬੇ ਤੋਂ ਸੱਜੇ ਸੱਜੇ ਤੋਂ ਖੱਬੇ ਕਰਾਂਗੇ ਠੀਕ ਹੈ ਸੋ x 7 8x 3 17 6 5x 2 ਉਹ ਨੈਕਸਟ ਜਮਾ ਸੱਤ ਦੇ ਲਿਖ ਲਿਆ /x 8x/3 ਦੇ ਲਿਖ ਲਿਆ ਤੇ ਇਹ ਬੱਚੋ ਘਟਾ 5x/2 ਆ ਗਿਆ ਦੇਖੋ ਘਟਾ ਸੋ ਇਹਨੂੰ ਸੱਜੇ ਤੋਂ ਖੱਬੇ ਲੈ ਕੇ ਆਂਦਾ ਤੇ ਜਮਾ ਹੋ ਜਾਏਗਾ ਜਮਾ 5x/2 ਸੋ ਬਰਾਬਰ ਦਾ ਨਿਸ਼ਾਨ ਪਾ ਕੇ ਸੱਜੇ ਪਾਸੇ ਇਕੱਲਾ 17/6 ਰਹਿ ਗਿਆ ਤੇ x x ਉਹਨਾਂ ਜਮਾ 7 ਵੀ 60 ਕੋਲ ਇੱਥੇ ਹੈਗਾ ਇਹਨੂੰ ਹਾਲ ਇੱਥੇ ਰਾਂ ਦੇਣ ਦੀ ਨਹੀਂ ਕੋਈ ਗੱਲ ਨਹੀਂ ਵੈਸੇ ਇਹਨੂੰ ਅਸੀਂ ਇੱਥੇ ਲੈ ਆ ਸਕਦੇ ਸੀਗੇ ਪਰ ਬਾਅਦ ਚੋ ਲੈ ਆਵਾਂਗੇ ਕੋਈ ਗੱਲ ਨਹੀਂ ਅਸੀਂ ਇਹ ਇਹ ਵੀ ਇਸ ਢੰਗ ਨਾਲ ਵੀ ਅਸੀਂ ਕਰ ਸਕਦੇ ਹਾਂ ਠੀਕ ਹੈ ਹੁਣ ਬੱਚਿਓ ਦੇਖਿਓ ਇਹ ਸਾਰੇ ਦੇ ਜਿਹੜੇ ਅਗਨੇ ਆਲੇ ਪਾਸੇ ਦੇ ਆ ਇਹਦਾ ਕੀ ਹੈ ਗਲੂਤਮ ਐਲਸੀਐਮ ਦੇ 10 ਔਰ 2 ਦਾ ਗਲੂਤਮ ਹੈਗਾ ਐਲਸੀਐਮ ਦਾ 6 ਸੋ ਮੈਂ ਇਹਦਾ ਪੂਰਾ ਇਦਾਂ ਪਾਇਆ ਤੇ ਪਾਤਾ 6 ਹੁਣ ਐਕਸ ਕੱਲਾ ਜੈ ਤੇ ਹੇਠਾਂ ਕੀ ਥੱਲੇ 1 ਹੈਗਾ ਸੋ 1 6 ਤੇ 6 1 ਬਣ ਗਿਆ 6 6 6x ਠੀਕ ਹੈ 7 1 ਫਿਰ 6 ਦੇ ਨਾਲ ਇਹ ਜਿਹੜੇ 6 ਨੂੰ ਇਹ ਨਾਲ ਭਾਗ ਕੀਤਾ 6 ਆ ਗਿਆ ਤੇ 6 ਨੂੰ 7 ਨਾਲ ਗੁਣਾ ਕਰਾਂਗੇ 6 7 42 ਠੀਕ ਹੈ ਘਟਾ ਦਾ ਨਿਸ਼ਾਨੇ ਤੇ ਆ ਗਿਆ 1026 ਤੇ 2 ਅੱਥੇ 16 16x ਆ ਗਿਆ ਜਮਾ 2 3 6 ਤੇ 3 ਨੂੰ 5 ਨਾਲ ਗੁਣਾ ਕਰਾਂਗੇ 5 3 15 15x ਹੋ ਗਿਆ ਬਰਾਬਰ 17 6 ਇਹ ਦੇਖੋ ਬੱਚਿਓ ਜਦੋਂ ਇਦਾਂ ਹੋਵੇ ਇੱਕੋ ਹੀ ਪਦ ਹੋਵੇ ਇਹ ਦੇਖੋ ਪੂਰਾ ਦਾ ਪੂਰਾ ਇੱਕੋ ਹੀ ਪਦ ਹੈਗਾ ਇਹ ਵੀ ਪੂਰਾ ਇੱਕ ਪਦ ਹੈ ਤੇ ਥੱਲੇ ਜਿਹੜੇ ਹਰ ਹੈਗੇ ਨੇ ਉਹਨਾਂ ਨੂੰ ਕੱਟਿਆ ਜਾ ਸਕਦਾ ਹੈ ਸੋ ਇਹ ਜਿਹੜਾ ਬੱਚਿਓ ਇਹ 6 ਦੇ ਨਾਲ 6 ਜਿਹੜਾ ਹੈ ਇਹ ਕੱਟ ਗਿਆ ਤੇ ਇਹ ਕੱਟ ਗਿਆ ਇਹ ਬੱਚੋ ਤਾਂ ਹੀ ਕੱਟ ਸਕਦੇ ਆ ਜੇ ਇੱਕੋ ਹੀ ਪਦ ਹੋਵੇ ਜੇ ਇਦਾਂ ਹੁੰਦਾ ਇਦਾਂ ਮੈਂ ਨਹੀਂ ਕੱਟ ਸਕਦਾ 3 ਤੇ 2 ਮੈਂ ਕਹਾਂ 3 2 6 ਤੇ 2 3 6 ਇਦਾਂ ਨਹੀਂ ਕਰ ਸਕਦੇ ਇਹ ਕਿਉਂਕਿ ਪੂਰੀ ਇੱਕ ਲਾਈਨ ਵਿੱਚ ਥੱਲੇ ਹੈਗਾ ਕੱਲਾ ਸਾਰੇ ਨੂੰ 6 ਹੈਗਾ ਪੂਰੇ ਨੂੰ ਸੋ ਇੱਥੇ ਪੂਰੇ ਨੂੰ 6 ਹੈਗਾ ਸੋ 6 ਨਾਲ 6 ਕਟਾਇਆ ਸੋ ਨੇ ਨੂੰ ਥੱਲੇ ਜੋੜਵੀਂ ਰਹਿਣਿਆ ਰੱਖੋ 6 ਹੋਰ 15 ਕਿੰਨਾ ਹੁੰਦਾ 21 ਤੇ 21 ਚੋਂ 16 ਗਿਆ 5 ਠੀਕ ਹੈ ਸੋ 5x 42 17 ਕਿੰਨਾ ਸੌਖਾ ਆ ਗਿਆ ਹਣ ਜਾਂ 5x ਬਰਾਬਰ 17/ 23 ਸੋ ਬਰਾਬਰ ਆ ਗਿਆ /25 ਸੋ 5x ਬਰਾਬਰ ਰਿਣਾਤਮਕ 25 ਸੋ x² ਦੇ ਬਰਾਬਰ ਹੋ ਜਾਏਗਾ ਰਿਣਾਤਮਕ 25/5 ਸੋ 5 ਗਮ 5 55 25 ਰਿਣਾਤਮਕ 5 ਸਾਡਾ ਆ ਗਿਆ ਜਵਾਬ ਸੋ ਐਸੀ ਪਿਆਰੇ ਵਿਦਿਆਰਥੀਓ ਅਭਿਆਸ ਨੰਬਰ 2.5 ਦੇ ਪਹਿਲੇ 3 ਸਵਾਲ ਸੋ ਤੁਸੀਂ ਇਸੇ ਤਰ੍ਹਾਂ ਨੇਮ ਦੇ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ ਬੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਰਬ ਰੱਖਾ